ਬਹੁਤ ਸਵਾਗਤ ਹੈ ਜੀ ਮੈਂ ਹਾਂ ਸੁਰਿੰਦਰ ਡੱਲਾ ਤੇ ਫੇਰ ਇੱਕ ਵਾਰ ਅਸੀਂ ਹਾਜ਼ਰ ਹਾਂ ਗੈਵੀ ਕਲੇਰ ਸਾਹਿਬ ਨਾਲ ਬਹੁਤ ਹੀ ਖਾਸ ਸ਼ੋਅ ਜਿਹੜਾ ਅਸੀਂ ਕਰਾਂਗੇ ਅੱਜ ਬਹੁਤ ਸਾਰੇ ਜਿਹੜੇ ਸਟੂਡੈਂਟਸ ਨੇ ਉਹ ਕਨਫਿਊਜ਼ ਨੇ ਬਹੁਤ ਸਾਰੇ ਐਪਲੀਕੈਂਟਸ ਕਨਫਿਊਜ਼ ਨੇ ਕਿ 스파우스 ਕੇਸ ਅਸੀਂ ਕਿਸ ਸਕੋਰ ਬੈਂਡ ਤੇ ਅਪਲਾਈ ਕਰੀਏ ਐਲੀਕੂਜ਼ ਹੋਣਾ ਚਾਹੀਦਾ ਹੈ ਜਾਂ ਐਲੀਕੂਜ਼ ਤੋਂ ਬਿਨਾ ਕਰੀਏ ਇਹ ਇੱਕ ਦੁਚਿੱਤੀ ਵਾਲੀ ਸਥਿਤੀ ਬਣੀ ਹੋਈ ਹੈ ਮੈਰਿਜ ਜੈਨੂਇਨ ਕਿਵੇਂ ਹੁੰਦੀ ਹੈ ਮੈਰਿਜ ਕਿੰਨੀ ਪੁਰਾਣੀ ਹੋਣੀ ਚਾਹੀਦੀ ਹੈ ਸਾਰੇ ਮਿੱਥ ਵੀ ਬੜੇ ਬਣੇ ਹੋਏ ਨੇ ਇਹਨਾਂ ਦੇ ਉੱਤੇ ਕਲੈਰਿਟੀ ਦੀ ਅੱਜ ਗੱਲ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਗੈਵੀ ਗਲੀਰ ਸਾਹਿਬ ਸਾਨੂੰ ਪੂਰੀ ਕਲੈਰਿਟੀ ਦੇਣ ਗੈਵੀ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਜੀ ਗੈਵੀ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਂ ਜਾਨਣਾ ਚਾਹਾਂਗਾ ਸਪਾਊਸ ਕੇਸ ਨੂੰ ਲੈ ਕੇ ਕਨਫਿਊਜ਼ਨ ਬਣੀ ਹੋਈ ਹੈ ਜੀ ਕਿੰਨੇ ਬ੍ਰਾਂਡ ਤੇ ਸਪਾਊਸ ਕੇਸ ਜਾਵੇ ਐਲੀਕੋਸ ਵਿਦਆਊਟ ਐਲੀਕੋਸ ਇਹਦੇ ਤੇ ਥੋੜਾ ਜਿਹਾ ਮੈਂ ਚਾਹੁੰਦਾ ਕਿ ਤੁਸੀਂ ਥੋੜਾ ਜਿਹਾ ਵਿਸਥਾਰ ਚ ਇੱਕ ਵਾਰੀ ਪੂਰੀ ਗੱਲ ਕਲੀਅਰ ਕਰੋ ਜੀ ਹਾਂ ਆ ਜਿਆਦਾਤਰ ਜਿਹੜੇ ਫਰਦਰ 스ਪਾ우스 ਕੇਸ ਸਭ ਤੋਂ ਪਹਿਲਾਂ ਮੈਂ ਦੱਸ ਦਿੰਨਾ ਵੀ ਕੇਸ ਪ੍ਰੋਫਾਈਲ ਤੇ ਬੱਚਾ ਆਪਣਾ ਜਿਹੜਾ ਮੇਨ ਐਪਲੀਕੈਂਟ ਆ ਆਪਣੇ ਹਸਬੰਦ ਨੂੰ ਨਾਲ ਲੈ ਕੇ ਜਾ ਸਕਦਾ ਹੈ ਸੋ ਮਿਨੀਮਮ ਕੁਆਲੀਫਿਕੇਸ਼ਨ ਜਿਹੜੀ ਆ ਮੇਨ ਐਪਲੀਕੈਂਟ ਦੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ 스ਪਾ우스 ਤਾਂ ਹੀ ਤੁਸੀਂ ਉੱਥੇ ਨਾਲ ਆ ਲੈ ਕੇ ਜਾ ਸਕਦੇ ਹੋ ਜੇ ਫਰਦਰ ਤੁਸੀਂ ਮਾਸਟਰ ਡਿਗਰੀ ਦੇ ਵਿੱਚ ਜਾ ਰਹੇ ਹੈਗੇ ਉੱਤੇ ਸੋ ਮਾਸਟਰ ਡਿਗਰੀ ਦੇ ਵਿੱਚ ਤੁਸੀਂ ਜਾਣਦੇ ਹੋ ਤਾਂ ਹਸਬੰਦ ਨੂੰ ਨਾਲ ਜਿਹੜਾ ਫੁੱਲ ਟਾਈਮ ਵਰਕ ਪਰਮਿਸ਼ਨ ਮਿਲਦੀ ਹੈ ਸੋ ਮਾਸਟਰ ਡਿਗਰੀ ਦੀ ਜਿਹੜੀ ਉੱਥੇ ਰਿਕੁਆਇਰਮੈਂਟ ਹੈ ਚਾਹੇ ਉਹ ਪੀਟੀ ਐ ਚਾਹੇ ਆਲਸਾ ਚਾਹੇ ਟੋਫਲ ਕੀਤੀ ਹੋਵੇ 6 ਬੈਂਡ ਈਚ ਓਵਰਆਲ 6.5 ਬੈਂਡ ਹੋਣੇ ਜ਼ਰੂਰੀ ਹਨ ਕਿਉਂਕਿ ਹਰੇਕ ਯੂਨੀਵਰਸਿਟੀ ਦੀ ਮਾਸਟਰ ਡਿਗਰੀ ਦੀ ਰਿਕੁਆਇਰਮੈਂਟ ਹੈ ਸੋ ਕਈ ਯੂਨੀਵਰਸਿਟੀਆਂ ਇਹੋ ਜਿਹੀਆਂ ਹੈਗੀਆਂ ਕਿ ਜਿਨ੍ਹਾਂ ਬੱਚਿਆਂ ਨੂੰ ਓਵਰਆਲ 6 ਬੈਂਡ ਦੇ ਉੱਤੇ ਕਿਸੇ ਨੂੰ 12 ਹਫ਼ਤੇ ਦਾ ਕਿਸੇ ਨੂੰ 15 ਹਫ਼ਤੇ ਦਾ ਐਲੀ ਕੋਰਸ ਲਾ ਕੇ ਵੀ ਐਡਮਿਸ਼ਨ ਦੇ ਦਿੰਦੀਆਂ ਐਲੀ ਕੋਰਸ ਇੱਕ ਇੰਗਲਿ ਤੁਸੀਂ ਜਿਹੜਾ ਹੈ ਪਹਿਲਾਂ ਜਾ ਕੇ 3 ਮਹੀਨੇ ਜਾਂ 4 ਮਹੀਨੇ ਇੰਗਲਿਸ਼ ਦੀਆਂ ਕਲਾਸਾਂ ਲਾਹੋਗੇ ਉਹ ਤੁਹਾਡੀਆਂ ਕਲਾਸਾਂ ਕੰਪਲੀਟ ਹੋਣੀਆਂ ਫਿਰ ਤੁਹਾਡਾ ਫਰਦਰ ਮਾਸਟਰਸ ਦਾ ਕਲਾਸ ਜਿਹੜੀ ਸਟਾਰਟ ਹੋਏਗੀ ਸੋ ਮੈਂ ਤਾਂ ਇਹੀ ਐਡਵਾਈਸ ਕਰਨਾ ਚਾਹੂੰਗਾ ਕਿ ਜੇ ਤੁਸੀਂ ਆ ਆਲਸ ਇਥੇ ਰਿਪੀਟ ਕਰਕੇ 6c ওভারঅল 6.6 ਕਰਕੇ ਜਾਂਦੇ ਹੈਗੇ ਹਾਂ ਇੱਕ ਤੇ ਤੁਹਾਡਾ ਜਿਹੜਾ ਪ੍ਰੋਸੈਸ ਹੈਗਾ ਉਹ ਬਹੁਤ ਫਾਸਟ ਹੋਏਗਾ ਇੱਕ ਵੀਜ਼ਾ ਸਕਸੈਸ ਰੇਟ ਵੀ ਜਿਹੜਾ ਹੈ ਬਹੁਤ ਹਾਈ ਹੋ ਜਾਂਦਾ ਹੈ ਸੋ ਇੱਕ ਆਪਾਂ ਸਪਾਊਸ ਕੇਸ ਕਰ ਰਹੇ ਹਾਂ ਦੂਜਾ 6 ਬੈਂਡ ਤੇ ਐਲੀਕੋਸ ਦੇ ਨਾਲ ਕਰ ਰਹੇ ਹਾਂ ਕਿਤੇ ਨਾ ਕਿਤੇ ਵੀਜ਼ਾ ਅਫਸਰ ਨੂੰ ਥੋੜਾ ਜਿਹਾ ਨੈਗੇਟਿਵਿਟੀ ਉਸ ਕੇਸ ਦੇ ਵਿੱਚ ਲੱਗਦੀ ਹੈ ਸੋ ਮੈਂ ਤੇ ਇਹੀ ਕਹੂੰਗਾ ਜੇ ਤੁਸੀਂ 3 ਮਹੀਨੇ ਉੱਥੇ ਜਾ ਕੇ ਵੀ ਇੰਗਲਿਸ਼ ਦੀਆਂ ਕਲਾਸਾਂ ਲਾਉਣੀਆਂ ਪਲੱਸ ਇੱਥੇ ਤੁਹਾਡਾ 10 ਤੋਂ 15000 ਰੁਪਈਆ ਉਸ ਚੀਜ਼ ਦਾ ਖਰਚਾ ਆਉਣਾ ਉੱਥੇ ਤੁਹਾਨੂੰ 2.5 ਤੋਂ 3 ਪੇ ਕਰਨਾ ਪੈਣਾ ਕਿਉਂਕਿ 10 ਹਫਤੇ ਦਾ ਜਿਹੜਾ ਡਾਲਰਾਂ 'ਚ ਮੈਂ ਗੱਲ ਕਰਾਂ ਐਲੀਕੋਸ ਦੀ ਪ੍ਰੋਕਸੀਮੇਟਲੀ ਮੰਨ ਕੇ ਚੱਲੋ 3500 ਤੋਂ ਲੈ ਕੇ 4500 ਡਾਲਰ ਤੱਕ ਖਰਚਾ ਆਉਂਦਾ ਹੈਗਾ ਜੀ ਬਿਲਕੁਲ ਸੋ ਇਹ ਕਲੈਰਿਟੀ ਹੋਣੀ ਬੜੀ ਜ਼ਰੂਰੀ ਸੀ ਸਾਡੇ ਵਿਦਿਆਰਥੀ ਜਾਂ ਸਾਡੇ ਐਪਲੀਕੈਂਟ ਕਿਉਂ ਕਨਫਿਊਜ਼ ਹੁੰਦੇ ਨੇ ਉਹਦੇ ਪਿੱਛੇ ਕਾਰਨ ਕੀ ਕਨਫਿਊਜ਼ ਇਸ ਕਰਕੇ ਹੋਏ ਨੇ ਚਾਹੇ ਇਸ ਇਤਿਹਾਰ ਦੇਖ ਲਓ ਅੱਜ ਕੱਲ੍ਹ ਦੇ ਵਿੱਚ ਵੀ ਸ਼ੀ ਬੈਂਡ ਦੇ ਉੱਤੇ ਸਪਾਊਸ ਕੇਸ ਲੱਗ ਰਿਹਾ ਹੈਗੇ ਨੇ ਮੈਂ ਮੇਰੇ ਬਹੁਤ ਵੱਡੇ ਏਜੰਟ ਵੀ ਹੈਗੇ ਨੇ ਮਾਰਕੀਟ ਦੇ ਵਿੱਚ ਪਲੱਸ 2 ਦੇ ਨਾਲ ਸਪਾਊਸ ਕੇਸ ਵੀ ਕਰਵਾ ਰਹੇ ਹੈਗੇ ਮੈਂ ਉਹੀ ਲਾਸਟ ਟਾਈਮ ਵੀ ਇੱਕ ਗੱਲ ਦੱਸੀ ਸ਼ੋਅ ਦੇ ਵਿੱਚ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ 10 ਵੀਜ਼ੇ ਅਪਲਾਈ ਕਰੋਗੇ ਇੱਕ ਦੋ ਵੀਜ਼ੇ ਲੱਗ ਕੇ ਕੋ ਬਹੁਤ ਵੱਡੀ ਗੱਲ ਨਹੀਂ ਹੈਗੀ ਤੁਹਾਡੇ 8 10 ਤੇ ਸੌਰੀ 6 7 ਰਿਫਿਊਜ਼ ਵੀ ਤੇ ਹੋਏ ਹੈਗੇ ਨਾ ਸੋ ਮੈਂ ਇਹੀ ਕਹਾਂਗਾ ਸਪਾਊਸ ਕੇਸ ਦੇ ਅਪਲਾਈ ਕਰਨਾ ਗ੍ਰੈਜੂਏਸ਼ਨ ਦੇ ਨਾਲ ਕਰੋ 6 ਬੈਂਡ ਤੇ ਅਵੇਅਰ ਕਰੋ ਆਇਲਸ ਰਿਪੀਟ ਕਰ ਲਓ ਜੇ 6 ਬੈਂਡ ਤੇ ਤੁਸੀਂ ਕੇਸ ਕਰਨਾ ਸਿੰਗਲ ਅਪਲਾਈ ਕਰੋ ਪਹਿਲਾਂ ਮੇਨ ਐਪਲੀਕੈਂਟ ਦਾ ਵੀਜ਼ਾ ਆ ਜਾਂਦਾ ਉਸ ਤੋਂ ਬਾਅਦ ਆਪਣਾ ਜਿਹੜਾ ਹੈਗਾ ਸਪਾਊਸ ਦੀ ਫਾਈਲ ਲਾਓ ਥੈਨ ਉਹਨੂੰ ਪ੍ਰੋਸੈਸਿੰਗ ਟਾਈਮ 노 ਡਾਊਟ 5-6 ਮਹੀਨੇ ਲੱਗ ਜਾਂਦੇ ਬਟ ਉਹ ਵੀ ਪੋਜ਼ਿਟਿਵ ਰਿਜ਼ਲਟ ਹੀ ਆਏਗਾ ਜੀ ਬਿਲਕੁਲ ਇਸ ਤੋਂ ਬਾਅਦ ਜੇ ਆਪਾਂ ਅੱਗੇ ਵਧੀਏ ਮੈਰਿਜ ਨੂੰ ਲੈ ਕੇ ਜਿਹੜੀ ਕਨਫਿਊਜ਼ਨ ਹੈ ਮੈਰਿਜ ਤੇ ਜ਼ਰੂਰ ਸਹੀ ਸਪਸ਼ਟ ਕਰੋ ਕਿ ਮੈਰਿਜ ਕਿੰਨਾ ਸਮਾਂ ਪੁਰਾਣੀ ਹੋਣੀ ਚਾਹੀਦੀ ਹੈ ਜਾਂ ਮੈਰਿਜ ਪੁਰਾਣੀ ਤੇ ਨਵੀਂ ਦਾ ਕੋਈ ਫਰਕ ਨਹੀਂ ਹੁੰਦਾ ਮੈਰਿਜ ਨਵੀਂ ਪੁਰਾਣੀ ਦਾ ਕੋਈ ਫਰਕ ਨਹੀਂ ਹੈਗਾ ਮੈਰਿਜ ਜੈਨੂਇਨ ਹੋਣੀ ਚਾਹੀਦੀ ਹੈ ਇਵਨ ਮੈਰਿਜ ਜਿਹੜੀ ਨਵੀਂ ਪੁਰਾਣੀ ਦਾ ਅੰਬੈਸੀ ਨੂੰ ਕੋਈ ਇਸ ਚੀਜ਼ ਦਾ ਮਤਲਬ ਨਹੀਂ ਹੈ ਅੰਬੈਸੀ ਨੂੰ ਇਹ ਚੀਜ਼ ਹੋਣੀ ਜ਼ਰੂਰੀ ਹੈ ਕਿ ਵਾਕਿਆ ਹੀ ਇਹ ਵਿਆਹ ਅਸਲੀ ਹੈ ਵਾਕਿਆ ਹੀ ਜੇ ਤੁਹਾਡਾ ਹਸਬੰਡ ਜਾ ਰਿਹਾ ਉਹਦੀ ਸਲਾਨਾ ਇਨਕਮ ਕਿੰਨੀ ਹੈ ਉਹਦੀ ਫੈਮਿਲੀ ਬੈਕਗ੍ਰਾਉਂਡ ਕਿਦਾਂ ਦੀ ਹੈਗੀ ਸੋ ਮੈਰਿਜ ਨਵੀਂ ਜਾਂ ਪੁਰਾਣੀ ਇਹ ਯੂਨੀਵਰਸਿਟੀ ਦੀਆਂ ਸ਼ਰਤਾਂ ਨੇ ਯੂਨੀਵਰਸਿਟੀ ਇਸ ਕਰਕੇ ਦੇਖਦੀ ਆ ਤੁਹਾਡਾ ਵਿਆਹ ਪੁਰਾਣਾ ਹੋਣਾ ਚਾਹੀਦਾ ਤੁਹਾਡੇ ਹਸਬੰਡ ਦੀ ਆਈਟੀਆਰ ਵਧੀਆ ਹੋਣੀ ਚਾਹੀਦੀ ਉਹਦਾ ਕੋ ਫਾਈਨੈਂਸ਼ੀਅਲ ਬੈਕਗ੍ਰਾਉਂਡ ਉਹਦੀ ਵਧੀਆ ਹੋਣੀ ਚਾਹੀਦੀ ਹੈ ਸੋ ਉਹ ਇਸ ਕਰਕੇ ਚੈੱਕ ਕਰਦੇ ਕਿਤੇ ਨਾ ਕਿਤੇ ਇਹ ਤਾਂ ਨਹੀਂ ਹੈਗਾ ਕਿ ਤੁਹਾਡਾ ਪ੍ਰੀ-ਪਲਾਨਡ ਵਿਆਹ ਤਾਂ ਨਹੀਂ ਹੈਗਾ ਕਿ ਤੁਸੀਂ ਕੰਟਰੈਕਟ ਮੈਰਿਜ ਤਾਂ ਨਹੀਂ ਕਰਾਈ ਹੈਗੀ ਜਾਂ ਇਸੇ ਕਰਕੇ ਵਿਆਹ ਨਹੀਂ ਕੀਤਾ ਹੈ ਕਿ ਕੋਈ ਮੁੰਡਾ ਇੱਥੇ ਫ੍ਰੀ ਸੀਗਾ ਕੁੜੀ ਉੱਥੇ ਪੜ੍ਹੇਗੀ ਤੇ ਮੁੰਡਾ ਨਾਲ ਉੱਥੇ ਪੀਆਰ ਹੋ ਜਾਏਗਾ ਜਦੋਂ ਪੀਆਰ ਹੋ ਜਾਏਗਾ ਤੇ ਤੁਸੀਂ ਅਲੱਗ-ਅਲੱਗ ਸੈਪਰੇਟ ਹੋ ਜਾਓਗੇ ਸੋ ਇਸ ਚੀਜ਼ ਨੂੰ ਜਿਹੜਾ ਹੈਗਾ ਯੂਨੀਵਰਸਿਟੀਆਂ ਨੇ ਕੀਤਾ ਹੈਗਾ ਵੀ ਸਾਲ ਡੇਢ ਸਾਲ ਪੁਰਾਣਾ ਜਿਹੜਾ ਵਿਆਹ ਹੋਏਗਾ ਤਾਂ ਥੋੜਾ ਜਿਹਾ ਜੈਨੂਇਨ ਹੋ ਜਾਂਦਾ ਵੀ ਉਹਨਾਂ ਨੂੰ ਲੱਗਦਾ ਵੀ ਹਾਂ ਰਿਲੇਸ਼ਨ ਦੇ ਵਿੱਚ ਸਾਲ ਡੇਢ ਸਾਲ ਤੋਂ ਰਹਿ ਰਹੇ ਆ ਤੇ ਇਟਸ ਜੈਨੂਇਨ ਬਟ ਅੰਬੈਸੀ ਨੂੰ ਇਸ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਜੇ ਤੁਹਾਡਾ ਨਵਾਂ ਵਿਆਹ ਵੀ ਹੈਗਾ ਤੇ ਆਪਾਂ ਤਾਂ ਵੀ ਕੇਸ ਕਰ ਸਕਦੇ ਆ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਇਸ ਚੀਜ਼ ਬਿਲਕੁਲ ਸੋ ਵਿਆਹ ਨੂੰ ਲੈ ਕੇ ਜਿਹੜੀ ਕਨਫਿਊਜ਼ਨ ਹੈ ਉਹਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਸਾਰੇ ਲੋਕ ਹਜੇ ਜਿਹੜਾ ਇਹ ਰੁਝਾਨ ਹੈ ਬੜਾ ਇਹ ਖਤਰਨਾਕ ਹੈ ਬਹੁਤ ਸਾਰੇ ਲੋਕਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਕੰਟਰੈਕਟ ਮੈਰਿਜ ਜਿਹੜਾ ਹੈ ਤੁਸੀਂ ਕਿੰਨਾ ਕੁ ਸਮਝਾਉਨੇ ਹੋ ਲੋਕਾਂ ਨੂੰ ਵੀ ਇਹ ਕੰਟਰੈਕਟ ਮੈਰਿਜ ਦੇ ਨਾਲ ਅੱਜ ਕੱਲ ਇਪੋਸੀਬਿਲਿਟੀ ਨਹੀਂ ਹੈਗੀ ਮੈਂ ਤੇ ਇਹ ਹੈ ਜੀ ਸਭ ਤੋਂ ਉਹਨਾਂ ਨੂੰ ਆਪਨੇ ਆਪ ਨੂੰ ਦੇਖਣਾ ਚਾਹੀਦਾ ਹੈ ਕੰਟਰੈਕਟ ਮੈਰਿਜ ਜਿਸ ਕੁੜੀ ਦੇ ਨਾਲ ਤੁਸੀਂ ਕਰਕੇ ਜਾ ਰਹੇ ਹੈਗੇ ਹੋ ਇੱਕ ਤੇ ਤੁਸੀਂ ਆਪਣਾ ਉਹਦੇ ਉੱਤੇ 15-20 ਲੱਖ ਰੁਪਈਆ ਨਿਵੇਸਟ ਕਰ ਰਹੇ ਹੈਗੇ ਹੋ ਕੱਲ ਨੂੰ ਉਹ ਕੁੜੀ ਜਾ ਕੇ ਉੱਥੇ ਤੁਹਾਨੂੰ ਮ ਕੰਪਲੀਟ ਕਰ ਦਿੰਦੀ ਹੈ ਜਾਂ ਤੁਹਾਡੀ ਆਪਸ ਵਿੱਚ ਅੰਡਰਸਟੈਂਡਿੰਗ ਨਹੀਂ ਰਹਿੰਦੀ ਹੈ ਕਿ ਤੁਹਾਡਾ ਨੁਕਸਾਨ ਹੈ ਕੋਈ ਕੁੜੀ ਇਮੀਗ੍ਰੇਸ਼ਨ ਨੂੰ ਕੰਪਲੀਟ ਕਰ ਦੇਗੀ ਇਮੀਡੀਟਲੀ ਤੁਹਾਡਾ ਵੀਜ਼ਾ ਕੈਨਸਲ ਹੋ ਕੇ ਤੁਹਾਨੂੰ ਵਾਪਸ ਹੀ ਆਉਣਾ ਪੈਣਾ ਔਰ ਨਾਲ ਬੈਨ ਵੀ ਲੱਗ ਸਕਦਾ ਹੈ ਇਨ ਜੇ ਬੈਨ ਲੱਗ ਜਾਂਦਾ ਤੁਸੀਂ ਸਾਰੀ ਉਮਰ ਵਾਸਤੇ ਆਸਟ੍ਰੇਲੀਆ ਜਾਂ ਹੋਰ ਕਿਸੇ ਚੰਗੀ ਕੰਟਰੀ ਵਿੱਚ ਨਹੀਂ ਜਾ ਸਕਦੇ ਸੋ ਮੇਰੀ ਐਡਵਾਈਸ ਹੈ ਸੋ ਆਪਣੇ ਬਲ ਦੇ ਉਤੇ ਕਰੋ ਜੇ ਕਰ ਸਕਦੇ ਹੈਗੇ ਹੋ ਪਹਿਲੇ ਕੋਸ਼ਿਸ਼ ਕਰੋ ਆਪ ਆਪਲਸ ਕਰੋ ਜੇ ਆਪ ਨਹੀਂ ਆਲਸ ਕਰਦੇ ਤੇ ਏਟਲੀਸਟ ਜੈਨੂਇਨ ਮੈਰਿਜ ਕਰੋ ਮੈਰਿਜ ਕਰਨ ਤੋਂ ਪਹਿਲਾਂ ਜਿਸ ਕੁੜੀ ਨਾਲ ਤੁਸੀਂ ਕਰਨਾ ਚਾਹੁੰਦੇ ਹੋ ਪਰਮਨੈਂਟ ਵਿਆਹ ਕਰਕੇ ਸੋਚਿਆ ਹੀ ਹੈ ਕਿ ਮੈਂ ਬਾਹਰ ਜਾਣਾ ਚਾਹੁੰਦਾ ਮੈਂ ਨਹੀਂ ਕਹਿੰਦਾ ਮੇਰੇ ਕੋਲ ਅਟ ਲੀਸਟ ਕਿਸੇ ਨਾ ਕਿਸੇ ਚੰਗੇ ਕੰਸਲਟੈਂਟ ਦੇ ਕੋਲ ਜਾ ਕੇ ਉਹ ਪ੍ਰੋਫਾਈਲ ਦਿਖਾਓ ਕਿ ਕੀ ਇਸ ਪ੍ਰੋਫਾਈਲ ਦੇ ਉੱਤੇ ਵੀਜ਼ਾ ਲੱਗ ਸਕਦਾ ਹੈ ਸਪਾਊਸ ਜੇ ਲੱਗ ਸਕਦਾ ਹੈ ਤਾਂ ਹੀ ਅਪਲਾਈ ਕਰੋ ਮੋਸਟਲੀ ਕੀ ਹੁੰਦਾ ਮੇਰੇ ਕੋਲ ਰੁਟੀਨ ਦੇ ਵਿੱਚ ਮੈਂ ਕਰਦਾ ਹਾਂ ਸਪਾਊਸ ਕੇਸ ਤੁਸੀਂ ਦੇਖਦੇ ਰਹਿੰਨੇ ਹੋ ਮੇਰੇ ਫੇਸਬੁੱਕ ਦੇ ਉੱਤੇ ਕਿ ਮੈਂ ਜ਼ਿਆਦਾਤਰ ਸਪਾਊਸ ਕੇਸ ਹੀ ਕਰਦਾ ਮੇਰੇ ਕੋਲ ਬਹੁਤ ਡਾਲਾ ਸਾਹਿਬ ਇਦਾਂ ਦੀਆਂ ਆਉਂਦੇ ਨੇ ਲੋਕ ਕਿ ਜਿਨ੍ਹਾਂ ਨੇ ਵਿਆਹ ਕਰ ਲਿਆ ਹੈਗਾ ਵੀਜ਼ਾ ਰਿਫਿਊਜ਼ ਹੋ ਗਿਆ ਬਟ ਹੁਣ ਕੰਫਿਊਜ਼ ਹੋਏ ਹੋਏ ਨੇ ਕਿ ਇਹ ਕਿੱਦਾਂ ਹੋਏਗਾ ਜੀ ਅਜੇ ਹੀ ਕੁੜੀ ਕੈਨੇਡਾ ਕੱਲ ਤਾਂਗੇ ਹੁਣ ਕੱਲੀ ਨੂੰ ਤੇ ਕੁੜੀ ਕੈਨੇਡਾ ਤੋਂ ਪਤਾ ਨਹੀਂ ਜਾ ਕੇ ਮੁੰਡੇ ਨੂੰ ਬੁਲਾਉਂਦੀ ਆ ਕਿ ਨਹੀਂ ਬੁਲਾਉਂਦੀ ਆ ਇਹ ਸਾਰੇ ਪਰਿਵਾਰਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ ਸੋ ਕੁਈ ਤੇ ਹੋਰ ਵੀ ਵਿਚਾਰੇ ਹੈਗੇ ਆ ਕਿ ਜਿਹੜੇ ਕੋਰਟ ਕਚਹਿਰੀਆਂ 'ਚ ਮੁੜ ਕੇ ਕੇਸ ਕਰਕੇ ਡਿਵੋਰਸ ਵੀ ਕਰਦੇ ਸੋ ਇਹੋ ਜੀ ਮੁਸੀਬਤ ਦੇ ਵਿੱਚ ਪੈਣ ਦੇ ਨਾਲੋਂ ਪਹਿਲਾਂ ਹੀ ਨਾ ਪਾਹਾ ਵੇਸਟ ਵੀ ਜਿਹੜਾ ਹੈਗਾ ਨਾ ਕਰੋ ਦੂਜੀ ਚੀਜ਼ ਇਹ ਹੈਗੀ ਆ ਵੇਖ ਕੇ ਕਰੋ ਕਿ ਤੁਹਾਡਾ ਜਿਹੜਾ ਪੈਹਾ ਵੀ ਖਰਾਬ ਨਾ ਹੋਵੇ ਔਰ ਬਾਕੀ ਜਿਹੜੇ ਸਾਰੇ ਕੰਮ ਜੈਨੂਨ ਹੈਗੇ ਉਹ ਵੀ ਜਿਹੜੇ ਆ ਨਾ ਖਰਾਬ ਹੋਣ ਸੋ ਮੈਂ ਤਾਂ ਇਹੀ ਕਹੂੰਗਾ ਵੀ ਜੈਨੂਨ ਕਰੋ ਆਪਣੀ ਮੈਨ ਕਹਿੰਦਾ ਮੇਰੇ ਕੋ ਕਿਸੇ ਕੋਲੋਂ ਵੀ ਚੰਗੇ ਕੋਲ ਦੇਖੋ ਜਾ ਕੇ ਉਹਨੇ ਕਿੰਨੇ ਵੀਜ਼ੇ ਲਵਾਏ ਆ ਕਿਦਾਂ ਦਾ ਉਹਦੇ ਕੋਲ ਲਾਇਸੈਂਸ ਹੈ ਕਿ ਨਹੀਂ ਹੈ ਫੇਰ ਉਹਦੇ ਕੋਲ ਜਾ ਕੇ ਸਹੀ ਸਲਾਹ ਲੈ ਕੇ ਅਪਲਾਈ ਕਰੋ ਬਿਲਕੁਲ ਸਕਸੈਸਰੀਟ ਜਿਹੜਾ ਸਪਾਊਸ ਵੀਜ਼ਾ ਚਾਹੀਦੀ ਉਹ ਕਿਹੜੀਆਂ ਗੱਲਾਂ ਤੇ ਨਿਰਭਰ ਕਰਦਾ ਮੈਂ ਇਹ ਹੀ ਕਰਦਾ ਜੀ ਤੁਹਾਡੀ ਮੈਰਿਜ ਜੈਨੂਇਨ ਹੋਣੀ ਚਾਹੀਦੀ ਯੂਨੀਵਰਸਿਟੀ ਦੀ ਰੈਪੋਰਟੇਸ਼ਨ ਚੰਗੀ ਹੋਣੀ ਚਾਹੀਦੀ ਆ ਹਾਂ ਇਹ ਵੀ ਹੈਗਾ ਕਈ ਕਾਲਜਸ ਵੀ ਮਾਸਟਰਸ ਕਰਵਾਉਂਦੇ ਹੈਗੇ ਬਟ ਉਹਨਾਂ ਦਾ ਸਕਸੈਸ ਰੇਟ ਬਹੁਤ ਵਧੀਆ ਨਹੀਂ ਹੁੰਦਾ ਮੈਂ ਇਹ ਹੀ ਕਹੂੰਗਾ ਕਿ ਚੰਗੀ ਕੈਟਾਗਰੀ ਕੋਸ਼ਿਸ਼ ਕਰੋ ਕੈਟਾਗਰੀ 1 ਯੂਨੀਵਰਸਿਟੀ ਜਾਂ ਕੈਟਾਗਰੀ 2 ਯੂਨੀਵਰਸਿਟੀ ਦੇ ਵਿੱਚ ਪ੍ਰੀਵੀਅਸ ਸਟਡੀ ਦਾ ਰਿਲੇਟਡ ਮਾਸਟਰਸ ਚ ਅਪਲਾਈ ਕਰੋ ਜੇ ਵਿਦਆਊਟ ਐਲੀ ਕੋਸ ਕਰ ਰਹੇ ਹੈ ਕਿਉਂ ਤੇ 99% ਵੀਜ਼ਾ ਆ ਰਿਹਾ 1% ਤੁਹਾਡੀ ਕਿਸਮਤ ਵੀ ਮੈਟਰ ਕਰਦੀ ਹੈ ਉਹ ਇਸ ਕਰਕੇ ਕੋਈ ਪਤਾ ਨਹੀਂ ਵੀਜ਼ਾ ਅਫਸਰ ਦੇ ਮਾਈਂਡ ਦੇ ਵਿੱਚ ਕੀ ਗੱਲ ਬੈਠੀ ਹੋਣੀ ਹੈ ਵੀਜ਼ਾ ਦੇਣਾ ਹੈ ਕਿ ਨਹੀਂ ਦੇਣਾ ਹੈਗਾ ਸੋ ਜੇ ਵਿਦਆਊਟ ਐਲੀ ਜਾ ਰਹੇ ਹੈਗੇ ਹੋ 6.5 ਬੈਂਡ ਹੈਗੇ ਆ ਮੈਰਿਜ ਜੈਨੂਇਨ ਹੈਗੀ ਆ ਤੇ 99% ਤੁਹਾਡਾ ਵੀਜ਼ਾ ਗ੍ਰਾਂਟ ਹੋਏਗਾ ਹੋਏਗਾ ਸੋ ਮੇਰੇ ਕੋ ਇਹੋ ਜਿਹੀਆਂ ਐਗਜ਼ਾਮਪਲਾਂ ਵੀ ਹੈਗੀਆਂ ਜੇ ਅੱਜ ਫਾਈਲ ਲੋਜਮੈਂਟ ਕੀਤੀ ਹੈ ਵਿਦਨ ਨੈਕਸਟ ਡੇ ਹੈਗੀ ਵਿਦਨ ਘੰਟੇ ਦੇ ਵਿੱਚ ਵੀ ਵੀਜ਼ੇ ਆਏ ਹੈਗੇ 15 ਦਿਨ ਚ ਵੀਜ਼ੇ ਵੀ ਆਏ ਹੈਗੇ ਨੇ ਸੋ ਇਹੀ ਆ ਵੀ ਜੋ ਟਾਈਮ ਲੱਗਦਾ ਹੈਗਾ ਉਹ ਬਰੀਕੀ ਵਿੱਚ ਯੂਨੀਵਰਸਿਟੀ ਲਾਉਂਦੀ ਜੋ ਵੈਰੀਫਿਕੇਸ਼ਨ ਕਰਦੀ ਤੁਹਾਡੇ ਫੰਡਸ ਦੀ ਆਈਟੀਆਰ ਨੂੰ ਲੈ ਕੇ ਜਾਂ ਤੁਹਾਡੀ ਮੈਰਿਜ ਨੂੰ ਲੈ ਕੇ ਇਹ ਹਾਈ ਕਮਿਸ਼ਨ ਦੀ ਇਹੋ ਜੀ ਕੋਈ ਵੀ ਰਿਕੁਆਇਰਮੈਂਟ ਨਹੀਂ ਜੋ ਵੀ ਵੈਰੀਫਿਕੇਸ਼ਨ ਕਰਨੀ ਇੰਟਰਵਿਊ ਕਰਨੀ ਸਾਰੀ ਯੂਨੀਵਰਸਿਟੀ ਨੇ ਹੀ ਕਰਨੀ ਜੀ ਜੀ ਬਿਲਕੁਲ ਸੋ ਸਕਸੈਸ ਰੇਟ ਦੇ ਪੈਰਾਮੀਟਰ ਵੀ ਜੀ ਗੈਵੀ ਸਾਹਿਬ ਨੇ ਇਸ ਵਕਤ ਸਾਨੂੰ ਦੱਸਿਆ ਨੇ ਸਪਾਊਸ ਵੀਜ਼ਾ ਕੇਸ ਕੈਨੇਡਾ ਚ ਜ਼ਿਆਦਾ ਆਸਾਨੀ ਨਾਲ ਹੁੰਦੇ ਨੇ ਯਾ ਆਸਟ੍ਰੇਲੀਆ ਚ ਮੈਂ ਇੱਕ ਸਵਾਲ ਲੈਂਦਾ ਜੀ ਸਪਾਊਸ ਕੇਸ ਜ਼ਿਆਦਾਤਰ ਜਿਹੜਾ ਹੈਗਾ ਆ ਆਸਟ੍ਰੇਲੀਆ ਦੇ ਵਿੱਚ ਹੀ ਕੀਤਾ ਜਾਂਦਾ ਹੈਗਾ ਆ ਸਪਾਊਸ ਕੀ ਹੁੰਦਾ ਹੈ ਕਿ ਸਪਾਊਸ ਉਸ ਵੀਜ਼ੇ ਨੂੰ ਕਿਹਾ ਜਾਂਦਾ ਹੈਗਾ ਕਿ ਹਸਬੰਡ ਸੌਰੀ ਵਾਈਫ ਜਿਹੜੀ ਉੱਥੇ ਪੜਨ ਜਾ ਰਹੀ ਹੈਗੀ ਆ ਹਸਬੰਡ ਉਹਦੀ ਹੈਲਪ ਕਰਨ ਜਾ ਰਿਹਾ ਹੈ ਜੀ ਸੋ ਹੈਲਪ ਮੀਨਸ ਵੀ ਉਹ ਸਟੱਡੀ ਕਰੇ ਕਿ ਇਹ ਉਹਦੀ ਉੱਥੇ ਟੇਕ ਕੇਅਰ ਕਰੇਗਾ ਜੀ ਠੀਕ ਹੈ ਸੋ ਇਹਦੇ ਵਿੱਚ ਕੀ ਹੈਗਾ ਕਿ ਨਾਲ ਦੀ ਨਾਲ ਉਹ ਵੀ ਦੇ ਦਿੰਦੇ ਹੈਗੇ ਕਿ ਮੇਨ ਐਪਲੀਕੈਂਟ ਨੂੰ ਪਾਰਟ ਟਾਈਮ ਦੀ ਜੌਬ ਦੇ ਦਿੰਦੇ ਹੈਗੇ ਤੇ ਹਸਬੰਡ ਨੂੰ ਵੀ 40 ਆਰ ਫੋਰਨਾਈਟ ਦੀ ਪਰਮਿਸ਼ਨ ਦੇ ਦਿੰਦੇ ਕਿ ਤੁਸੀਂ ਵੀ ਕੰਮ ਕਰ ਸਕਦੇ ਹੋ ਜੇ ਚਾਹੋ ਤੇ ਜੀ ਚਾਹੋ ਤੇ ਜੀ ਸੋ ਇੱਕ ਵਧੀਆ ਵਿਕਲਪ ਹੈਗਾ ਕੁੜੀ ਪੜ੍ਹੀ ਜਾਂਦੀ ਹੈਗੀ ਆ ਤੇ ਤੁਸੀਂ ਨਾਲ ਦੀ ਨਾਲ ਆਪਣਾ ਰਜਗਾਰ ਵੀ ਕਰ ਸਕਦੇ ਹੈਗੇ ਬਿਲਕੁਲ ਸਪਾਊਸ ਵੀਜ਼ੇ ਦੇ ਨਾਲ ਇਹ ਬੈਨੀਫਿਟ ਤਾਂ ਜਿਹੜਾ ਹੈਗਾ ਜੀ ਇਹ ਜ਼ਰੂਰ ਹੈਗਾ ਜਿਹੜਾ ਕਾਫੀ ਜ਼ਿਆਦਾ ਹੈਲਪਫੁਲ ਹੈ ਅਖੀਰ ਚ ਇਹਨਾਂ ਸਾਰੇ ਸਬਜੈਕਟਾਂ ਤੇ ਆਖਿਰ ਚ ਕੋਈ ਟਿੱਪਣੀ ਤੁਸੀਂ ਕਹਿਣੀ ਚਾਹੋ ਗਿਆਵੀ ਸਾਹਿਬ ਮੈਂ ਤੇ ਇਹੀ ਕਹਾਂਗਾ ਜੀ ਅ ਜਦੋਂ ਵੀ ਤੁਸੀਂ ਆਪਣਾ ਵੀਜ਼ਾ ਅਪਲਾਈ ਕਰਦੇ ਹੈਗੇ ਹੋ ਅਟ ਲੀਸਟ ਕੋਈ ਵੀ ਫ੍ਰੀ ਇਹ ਕੰਮ ਨਹੀਂ ਕਰਦਾ ਹੈਗਾ ਮੈਂ ਵੀ ਕੋਈ ਫ੍ਰੀ ਕੰਮ ਨਹੀਂ ਕਰਦਾ ਸੀ ਵੀ ਪੈਸੇ ਲੈਣੇ ਹੈਗੇ ਬੱਟ ਸਾਡੀ ਸੋਚ ਇਹ ਹੈਗੀ ਆ ਕਿ ਕੰਮ ਕਰਕੇ ਪੈਸੇ ਲਓ ਚਾਹੇ 10 20000 ਅਗਲੇ ਕੋਲੋਂ ਜ਼ਿਆਦਾ ਲਓ ਉਹਨੂੰ ਦੁੱਖਦਾ ਨਹੀਂ ਹੈਗਾ ਏਟਲੀਸਟ ਉਹਦੇ ਉਸ ਬੰਦੇ ਦੇ ਬਾਰੇ ਜਾ ਕੇ ਪਤਾ ਕਰੋ ਇੰਨੇ ਕਿੰਨੇ ਸਪਾਊਸ ਵੀਜ਼ੇ ਲਵਾਏ ਹੈਗੇ ਨੇ ਸੋ ਮੇਰੇ ਕੋ ਕੋਈ ਵੀ ਆਉਂਦਾ ਹੈਗਾ ਅਡਾਲਾ ਸਾਹਿਬ ਮੈਂ ਉਹਨਾਂ ਨੂੰ ਨੰਬਰ ਦੇ ਦਿੰਦਾ ਜਾਂ 10 15 ਬੱਚੇ ਗਏ ਹੈਗੇ ਜੇ ਤੁਹਾਨੂੰ ਦੱਸ ਕਹਿ ਦੇਣਗੇ ਤੁਸੀਂ ਇਹਨਾਂ ਤੋਂ ਸੈਟੀਸਫਾਈ ਹੋ ਕਿ ਸਾਡੇ ਬੱਚੇ ਵਾਕਿਆ ਹੀ ਜੈਨੂਨ ਸਹੀ ਤਰੀਕੇ ਨਾਲ ਗਏ ਹੈਗੇ ਤਾਂ ਤੁਸੀਂ ਆ ਕੇ ਮੇਰੇ ਕੋ ਵੀਜ਼ਾ ਅਪਲਾਈ ਕਰ ਲਿਓ ਸੋ ਮੈਨੂੰ ਜ਼ਿਆਦਾਤਰ ਕਹਿਣ ਦੀ ਲੋੜ ਨਹੀਂ ਮੈਂ ਤਾਂ ਇਹੀ ਕਹੂੰਗਾ ਕਿ ਆਪਣੇ ਮਾਪੇ ਤਾਂ ਪੈਸਾ ਨਾ ਖਰਾਬ ਕਰੋ ਪਾਰ ਜਾਣਾ ਬਹੁਤ ਮਾੜੀ ਗੱਲ ਨਹੀਂ ਹੈਗੀ ਵਧੀਆ ਤਰੀਕੇ ਨਾਲ ਜਾਓ ਸੋ ਜਾ ਕੇ ਜੋ ਕਰਨ ਜਾ ਰਹੇ ਉਹਨੂੰ ਕੰਪਲੀਟ ਕਰੋ ਤਾਂ ਹੀ ਤੁਹਾਡਾ ਫਿਊਚਰ ਬ੍ਰਾਈਟ ਹੋ ਸਕਦਾ ਜਾ ਕੇ ਕੋਰਸ ਚੇਂਜ ਨਾ ਕਰੋ ਜਾ ਕੇ ਕੋਈ ਕ੍ਰਾਈਮ ਨਾ ਕਰੋ ਸੋ ਜੇ ਤੁਸੀਂ ਉੱਥੇ ਜਾ ਕੇ ਉੱਥੋਂ ਦੀ ਸਰਕਾਰ ਨੂੰ ਜਾਂ ਉੱਥੋਂ ਦੇ ਜਿਹੜੇ ਸਿਟੀਜ਼ਨ ਹੈਗੇ ਉਹਨਾਂ ਨੂੰ ਪਿਆਰ ਕਰੋਗੇ ਤਾਂ ਉਹ ਤੁਹਾਨੂੰ ਦੁੱਗਣਾ ਪਿਆਰ ਕਰਦੇ ਨੇ ਸੋ ਤਾਂ ਹੀ ਤੁਸੀਂ ਆਪਣਾ ਜਿਹੜਾ ਫਿਊਚਰ ਬ੍ਰਾਈਟ ਕਰ ਸਕਦੇ ਹੋ ਚਲੋ ਬਹੁਤ ਬਹੁਤ ਧੰਨਵਾਦ ਗਿਆਵੀ ਸਾਹਿਬ ਬੜਾ ਅਹਿਮ ਇਸ਼ੂ ਸੀਗਾ ਬੜਾ ਇੰਪੋਰਟੈਂਟ ਇਸ਼ੂ ਸੀ ਜਿਨ੍ਹਾਂ ਤੇ ਗਿਆਵੀ ਕਲੀਅਰ ਉਹਨਾਂ ਨੇ ਆਪਣੀ ਗੱਲ ਰੱਖੀ ਟੀਮ ਗਲੋਬਲ ਅ ਦੇ ਚੀਫ ਨੇ ਗੈਵੀ ਕਲੇਰ ਸਾਹਿਬ ਸੋ ਟੈਲੀਵਿਜ਼ਨ ਸਕਰੀਨ ਤੇ ਇਸ ਵਕਤ ਨੰਬਰ ਵੀ ਆ ਰਹੇ ਨੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ WhatsApp ਕਰ ਸਕਦੇ ਹੋ ਔਰ ਜ਼ਿਆਦਾ ਇਨਫੋਰਮੇਸ਼ਨ ਗੈਵੀ ਕਲੇਰ ਸਾਹਿਬ ਤੋਂ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ थैंक यू वेरी मच थैंक यू